ਚੋਰਾ ਫਿਲਮ ਪਕੜ ਕੇ ਆਏ ਸੀ ਤੁਸੀਂ ਸਾਡਾ ਵੀ ਧਿਆਨ ਕਿਹੜੀ ਕੋਈ ਨਹੀਂ ਦੇਖੀ ਸੀ ਇਹਦੇ ਨਹੀਂ ਪਾਉਣਾ ਘੰਟਾ ਹੋ ਗਿਆ ਅੱਖ ਪਾਉਣ ਦੇ ਕਹਿੰਦੇ ਸੀ ਨਹੀਂ ਆ ਗਈ ਵੀ ਹੈ ਸਰ ਓਏ ਚੀ ਹਮਨੇ ਕਹਾ ਉਸੇ ਲਵ ਯੂ ਉਛਾਲੋ ਲੁੱਡੀ ਹੈ ਜਮਾਲੋ ਪਾਓ ਲੁੱਡੀ ਹੈ ਜਮਾਲੋ ਪਾਓ ਲੁੱਡੀ ਤੁਸੀਂ ਜਨਾ ਕੀਤੀ ਉਹਦਾ ਤਾਂ ਸੁਣਾ ਕੁਛ ਲੇਡੀਜ਼ ਦਾ ਪਰਦੇ ਦਾ ਖਿਆਲ ਕਰ ਲਓ ਸਾਡੇ ਵੱਲੋਂ ਸਰਨਜੀਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਵਾਲੇਕੁਮ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਹੀ ਘੈਂਟ ਹੋਵੋਗੇ ਤੁਸੀਂ ਵਧੀਆ ਹੋਵੋਗੇ ਬੋਲਦੇ ਨੇ ਸਿਰ ਮੈਂ ਘੈਂਟ ਮੈਂ ਬੋਲਦੀ ਸੀ ਮੇਰਾ ਸ਼ਬਦ ਲੈ ਲਿਆ ਤੁਸੀਂ ਵਿਆਹ ਹੋਇਆ ਹੁਣ ਸ਼ਬਦ ਕੀ ਅਤੇ ਕੀ ਉਪਸ਼ਬਦ ਕੀ ਜਿਹੜੇ ਵੀ ਚਲੋ ਛੱਡੋ ਬੋਰ ਨਹੀਂ ਕਰਨਾ ਅੱਜ ਆਪਾਂ ਇੱਕ ਹੋਰ ਮਸ਼ਹਿਰੇ 'ਤੇ ਰਿਐਕਸ਼ਨ ਬਣਾਵਾਂਗੇ ਮਸ਼ਹਿਰੇ ਸਾਡੇ ਦਿਲੋਂ ਜਾਨ ਫੇਵਰੇਟ ਆਲ ਟਾਈਮ ਫੇਵਰੇਟ ਮਿੱਠਾ ਪੁਰੀਆ ਫਰੀਦ ਭਾਅ ਜੀ ਫੈਸਲ ਰਾਮੇ ਸਜਾਲ ਜਾਨੀ ਅਤੇ ਸੋਨੀ ਭਾਅ ਜੀ ਇਹਨਾਂ ਪੰਜਾਂ ਨੇ ਮਿਲ ਕੇ ਰੰਗ ਬੰਨਣਾ ਅੱਜ ਆਪਾਂ ਦੇਖਣੇ ਹਾਂ ਵੀਡੀਓ ਬਹੁਤ ਲੰਬੀ ਹੋਣ ਵਾਲੀ ਹੈ ਬਸ ਕੁਰਸੀਆਂ ਦੀਆਂ ਪੇਟੀਆਂ ਬੰਨ ਲਓ ਚਾਹ ਪੀ ਲਓ ਕੋਲਡ ਡਰਿੰਕ ਰੱਖ ਲਓ ਹੱਥ 'ਚ ਵੈਸੇ ਨਹੀਂ ਪੀਣੀ ਚਾਹੀਦੀ ਕੋਲਡ ਡਰਿੰਕ ਮੈਂ ਬਹੁਤ ਸਮਝਾਉਂਦਾ ਨਾ ਪੀਆ ਕਰੋ ਜਦੋਂ ਦੇਖੋ ਕੋਲਡ ਡਰਿੰਕ ਪੀਣੀ ਕੋਲਡ ਡਰਿੰਕ ਵੀਡੀਓ ਵੀ ਬਣਾਈ ਹੋਈ ਮੈਨੂੰ ਵੀਡੀਓ ਕਰਦੇ ਹਾਂ ਸ਼ੁਰੂ ਬਿਨਾਂ ਕਿਸੇ ਦੇਰੀ ਤੋਂ ਸਾਡੇ ਚੈਨਲ ਕਰ ਲਓ ਸਬਸਕ੍ਰਾਈਬ ਜਿਹਦਾ ਨਾਮ ਹੈ ਪੰਜਾਬੀ ਰੀਅਲ ਟੀ ਵੀ ਮੈਂ ਹਾਂ ਤੁਹਾਡਾ ਦੋਸਤ ਸਰਮੀਤ ਸਿੰਘ ਇਹ ਹੈ ਦਿਲਪ੍ਰੀਤ ਕੌਰ ਅਤੇ ਅਸੀਂ ਦੋਨੇ ਕਰਾਂਗੇ ਅੱਜ ਦੀ ਵੀਡੀਓ ਸ਼ੁਰੂ ਆਗਾਜ਼ ਮਸ਼ਹੂਰ ਮਰੂਫ ਕਿਤਾਬ ਹੈ ਵੋ ਇਨਕੀ ਹੈ ਗਿਨੀਜ਼ ਬੁੱਕ ਦੇ ਵਿੱਚ ਨਾਮ ਰਿਕਾਰਡ ਸਾਨੂੰ ਪਤਾ ਹੀ ਨਹੀਂ ਸੀਗਾ ਖੱਟੂ ਲੱਡੇ ਓ ਲੱਡੂ ਖੱਟੇ ਹਾਂ ਬਹੁਤ ਘੈਂਟ ਉਹ ਭਾਈ ਸਦਨੇ ਮਹਿਫਲ ਕੱਲ ਤੇ ਹਲੇ ਛਪਣ ਡਈ ਆ ਤੇ ਉਹਦੇ ਤੇ ਇੰਨਾ ਰੌਲਾ ਕੀ ਹੈ ਪਬਲਿਸਿਟੀ ਯਾਰ ਮੈਂ ਕਰ ਰਹਾ ਹਾਂ ਨਾ ਆਪ ਦੇਖੇ ਮੈਂ ਚਾਹ ਰਹਾ ਹਾਂ ਕਿ ਜ਼ਿਆਦਾ ਬਿਕੇ ਯਾਰ ਵੈਰੀ ਗੁੱਡ ਯਾਰ ਛਪੀ ਕੱਲ ਹੈ ਔਰ ਸ਼ੋਹਰਤ ਉਸਕੀ 2 ਸਾਲ ਪੁਰਾਣੀ ਹੈ ਹਾਂ ਜੀ ਆ ਹਾਂ ਹਾਂ ਸ਼ੇਰਰਸ ਕੀ ਹੈ ਆਪਕੀ ਨਜ਼ਰ ਹੈ ਪਹਿਲਾਂ ਆ ਵੀ ਆ ਬੇਕਰਾਂ ਰਾਤ ਕੇ ਸੰਨਾਟੇ ਬੇਕਰਾਂ ਰਾਤ ਕੇ ਸੰਨਾਟੇ ਬੇਕਰਾਂ ਰਾਤ ਕੇ ਸੰਨਾਟੇ ਤੇਰੇ ਬਿਸਤਰ ਪਰ ਮੇਰੀ ਜਾਨ ਕਭੀ ਵਾਹ ਬੇਕਰਾਂ ਰਾਤ ਕੇ ਸੰਨਾਟੇ ਤੇਰੇ ਬਿਸਤਰ ਪਰ ਮੇਰੀ ਜਾਨ ਕਭੀ ਜਜ਼ਬਾ ਸ਼ੌਕ ਸੇ ਡਬਲ ਸਿਮ ਮੇਰੀ ਰਿਫਤ ਤਲਾਤੁਮ ਹੈ ਵਾਹ ਕਿਆ ਬਾਤ ਔਰ ਲਜ਼ਤ ਕੀ ਗਿਰਾ ਬਾਰੀ ਸੇ ਜ਼ਹਿਨੇ ਬਨ ਜਾਤਾ ਹੈ ਔਰ ਦਲਦਲ ਕਿਸੀ ਵੀਰਾਨੇ ਕੀ ਔਰ ਕਹੀਂ ਇਸਕੇ ਕਰੀਬ ਨੀਂਦ ਆਗਾਜ਼ ਜ਼ਮਸਤਾਨ ਕੇ ਪਰਿੰਦੇ ਕੀ ਤਰ੍ਹਾਂ ਓਏ ਹੋਏ ਹੋਏ ਕਿਸੇ ਨੂੰ ਨਹੀਂ ਸਮਝ ਲੱਗੀ ਆਪ ਚੌਕੀਦਾਰ ਹੈ ਨਹੀਂ ਜੀ ਮੈਂ ਮਹੱਲੇਦਾਰ ਜਨਾਬ ਮੈਂ ਸ਼ਾਇਦ ਆਪਨੇ ਜੋ ਪਹਿਲਾਂ ਹੋਇਆ ਆਪ ਇਹ ਮੈਨੇ ਕਿਹਾ ਸ਼ਾਇਦ ਆਪ ਚੌਕੀਦਾਰ ਹੈ ਪਠਾਨ ਹੋਤੇ ਐਸੇ ਦਰਵਾਜ਼ੋ ਕੇ ਬਾਹਰ ਖੜੇ ਸਰ ਤੁਹਾਨੂੰ ਪਤਾ ਮੈਂ ਕਿੱਥੋਂ ਆਇਆ ਕਿੱਥੋਂ ਆਇਆ ਜੀ ਤੁਸੀਂ ਪੁੱਛਿਆ ਹੀ ਨਹੀਂ ਮੈਂ ਬਾਅਦ ਮੈਂ ਪੁੱਛਦਾ ਹਾਂ ਖੌਫ ਦਿਲ ਮੈਂ ਕਿਸੇ ਮਹੂਮ ਸ਼ਿਕਾਰੀ ਕਾ ਲੀਏ ਆਪਣੇ ਪਰ ਤੋਲਤੀ ਚੀਖਤੀ ਬੇਕਰਾਂ ਰਾਤ ਕੇ ਸੰਨਾਟੇ ਵਾਹ ਵਾਹ ਬੇਕਰਾਂ ਰਾਤ ਕੇ ਸੰਨਾਟੇ ਕਿਆ ਕਹਿਨੇ ਕਿਆ ਕਹਿਨੇ ਤੇਰੇ ਬਿਸਤਰ ਪਰ ਮੇਰੀ ਜਾਂ ਆਰਜ਼ੂਏ ਤੇਰੇ ਸੀਨੇ ਕੇ ਕੋਹਿਸਤਾਨ ਕੇ ਜ਼ੁਲਮਤ ਕੇ ਸਿਤਮ ਕੇ ਹਬਸ਼ੀ ਕੀ ਤਰ੍ਹਾਂ ਰੀਂਗਤੀ ਹੈ ਇਹ ਬੰਦਾ ਕਿੱਥੋਂ ਲੈ ਕੇ ਆਉਂਦਾ ਵਰਡ ਕਿੱਥੋਂ ਸ਼ਬਦ ਕਿੱਥੋਂ ਅਬਸ਼ੀ ਕੀ ਤਰ੍ਹਾਂ ਰੀਂਗਤੀ ਹੈ ਇੱਕ ਲੰਮੇ ਕੇ ਲਈ ਦਿਲ ਮੇ ਖਿਆਲ ਆਤਾ ਹੈ ਮੇਰੀ ਅਸਬਲੀਏ ਜਹਾਨ ਮੇ ਬਲਕੇ ਸਾਰੇ ਸਮੁੰਦਰ ਕੇ ਸ਼ਹਿਰ ਕੇ ਦੋਸ਼ੀਜ਼ਾ ਤੁਰ ਕੇ ਮਾਮਲਾਤ ਮੇ ਵੋ ਮੁਲਕ ਕੇ ਦੁਸ਼ਮਨ ਸਿਪਾਹੀ ਕਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈ ਵਾਹ ਵੋ ਮੁਲਕ ਕੇ ਦੁਸ਼ਮਨ ਸਿਪਾਹੀ ਕਾ ਕਹਿ ਵੋ ਮੁਲਕ ਕੇ ਦੁਸ਼ਮਨ ਕੇ ਜ਼ਰਾ ਰੂਹ ਅਫਜ਼ਾ ਵੀ ਪਿਲਾਓ ਕੇ ਵੋ ਅਬ ਸੁਬਕ ਰਹਾ ਹੈ ਮੇਰੀ ਜਾਨ ਹੈ ਜ਼ਰਾ ਰੂਹ ਅਫਜ਼ਾ ਵੀ ਪਿਲਾਓ ਕੇ ਵੋ ਅਬ ਸੁਬਕ ਰਹਾ ਹੈ ਸੁਬਕ ਸੁਬਕ ਕਮਾਲ ਆਪਨੇ ਯੂਜ਼ ਕੀਆ ਸੁਬਕ ਰਹਾ ਹੈ ਜਾਨੀ ਭਾਈ ਦੀ ਬੇਇੱਜ਼ਤੀ ਨਹੀਂ ਕਰਨੀ ਹੈ ਬੇਪਨਾ ਐਸ਼ ਕੇ ਹਿਜਾਨ ਕਾ ਅਰਮਾਨ ਲੇਕਰ ਆਪਣੇ ਦਸਤੇ ਸੇ ਕਈ ਰੋਜ਼ ਮਫਰੂਰ ਹੂੰ ਮੈਂ ਤੇਰੇ ਭਰਾਵਾ ਉਹ ਆਪਦੇ ਵੀ ਭੁੱਲ ਗਏ ਹੋਣੇ ਸਾਰੇ ਵਾਹ ਆਪ ਐਸਾ ਕਰੇ ਆਪ ਇਸ ਕਿਤਾਬ ਕਾ ਨਾਮ ਚੇਂਜ ਕਰੇ ਕਿਆ ਪਹਿਲੇ ਕਿਆ ਹੈ ਲੱਡੂ ਖੱਟੇ ਅਬ ਰਖੇ ਦਿਲ ਖੱਟੇ ਕਰਨੇ ਵਾਲਾ ਦਿਸ ਕੈਸੇ ਹੀ ਹੈ ਵਾਹ ਇਹ ਰਖੇ ਜੀ ਤਗੜ ਮਗੜ ਹਾਂ ਤਗੜ ਮਗੜ ਆਪ ਜ਼ਰਾ ਇੱਕ ਮਿੰਟ ਦੇਖੇ ਆਪ ਬਾਇਜ਼ਤੇ ਜ਼ਿਲਤ ਹੈ ਲੇਕਿਨ ਫਿਰ ਵੀ ਮੈਂ ਆਪਕੋ ਸਮਝਾ ਰਹਾ ਹੂੰ ਜੀ ਯੇ ਕਿਸਨੇ ਦਿਲ ਪਰ ਦਸਤਕ ਦੀ ਵਾਹ ਵਾਹ ਅਰੇ ਇਹ ਆਪਕਾ ਸ਼ੇਰ ਹੈ ਜੀ ਮੈਂ ਵਾਹ 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 ਆ ਹਾ ਹਾ ਪਿਛਲੀ ਵਾਰੀ ਥੱਪੜ ਮਾਰੇ ਸੀ ਯੇ ਕਿਸਨੇ ਦਿਲ ਪੇ ਦਸਤਕ ਦੀ ਯੇ ਕਿਸਨੇ ਦਿਲ ਪਰ ਦਸਤਕ ਦੀ ਇਹ ਦਿਲ ਪਰ ਕੌਣ ਹੈ ਮੁਝੇ ਦਾਦ ਨਾ ਦੇਨੇ ਵਾਲਾ ਬਹੁਤ ਬੜਾ ਫਿਰੌਨ ਹੈ ਮੇਰੇ ਖਿਆਲ ਉਹ ਹੁੰਦਾ ਮੰਮੀ ਨੀ ਹੁੰਦੀ ਮੰਮੀ ਜਿਹੜੇ ਉਹ ਮਸਾਲੇ ਲਾ ਕੇ ਬੜੇ ਸਾਲਾਂ ਤੋਂ
ਸਾਂਭ ਕੇ ਰੱਖਦੇ ਆ ਡੈਡ ਬੋਡੀ ਨੂੰ, ਉਹਨੂੰ ਫਿਰਾਉਣ ਕਹਿੰਦੇ ਆਈ ਥਿੰਕ ਉਰਦੂ ਦੇ ਵਿੱਚ। ਉਹ ਤਾਂ ਹੀ ਤਾਂ ਸਾਰੇ ਵਾਹ ਵਾਹ ਕਰਨ ਲੱਗ ਗਏ, ਤੁਹਾਨੂੰ ਵੀ ਕਿਹਾ ਸੀ ਕਹਿ ਦਿਓ ਐਵੇਂ ਵਾਹ ਵਾਹ। ਹਾਂ ਜਾਨੀ ਭਾਈ ਨੇ ਨਹੀਂ ਕਿਹਾ तो बड़ा फिरौन है। और जब हसीनों की बात चलती है, वाह वाह वाह, जब हसीनों की बात चलती है, ये मेरे मतलब का शेर है जी, जब हसीनों की बात चलती है, जब हसीनों खूबसूरत शेर है जी, बहुत शुक्रिया। जब हसीनों की बात चलती है सबसे हम टॉप लगते हैं, टॉप टॉप यानी टॉप, अच्छा टॉप टॉप पे, ओके ओके वाह वाह, इंग्लिश भी डाल ली, क्या कहने क्या, बहुत टॉप के लोग। जब हसीनों की बात चलती है सबसे हम टॉप लगते हैं, रिश्ते में तो हम तुम्हारे बाप लगते हैं, उसी में से है तुम्हारे जैसे लुच्चे। यार ये आप मेरे शोरा कराम की आप इंसल्ट नहीं करनी, शेरो शेरी ची लुच्चे, मैं की कह देता हूँ आप तुम्हें लुच्चे क्या कह रहे हैं आप, ये कौन सी लड्डू खट्टे वाली किताब है जिसमें लुच्चे लफ्ज आता है, कौन सी शायरी है जिसमें लुच्चे आता है लफ्ज आता है, मेरी शायरी बुला लेते हैं हमेशा आप, जलील करते हैं। तुम्हारे जैसे लुच्चे हमारे आगे फ्लॉप लगते हैं, रिश्ते में तो हम तुम्हारे बाप लगते हैं। अच्छा ये आप उधर क्यों कर रहे हैं, आप इधर आगे कहें, कैमरे में कहें, लोगों को दिखाएं। मैं इस शायर को, ये जो शायर मेरे पास बैठा, अच्छा चले चले, रिश्ते में तो हम तुम्हारे बाप लगते हैं जी, ठीक है। और मैंने आगे एक और नज़्म लिखी है, उसका उन्वान है पक्का चलदा हवा देना, ਪੱਖਾ ਚੱਲਦਾ ਹਵਾ ਦਿੰਦਾ, ਪੱਖਾ ਚੱਲਦਾ ਪੱਖਾ ਚੱਲਦਾ ਹਵਾ ਦਿੰਦਾ, ਪੱਖਾ ਚੱਲਦਾ ਹਵਾ ਦਿੰਦਾ, ਉਹ ਜੋ ਦਿਲ ਕੋ ਕਬੂਲ ਹੋਤੇ ਹੈ, ਉਹ ਜੋ ਦਿਲ ਕੋ ਕਬੂਲ ਹੋਤੇ ਹੈ, ਉਨਕੇ ਪੱਥਰ ਵੀ ਫੂਲ ਹੋਤੇ ਹੈ। ਵੋ ਜੋ ਦਿਲ ਕੋ ਕਬੂਲ ਹੋਤੇ ਖੁਲੇ ਆਪ, वो जो दिल को कबूल होते हैं उनके पत्थर भी फूल होते हैं, जो भी देते नहीं है दाद फरीद ऐसे। यार एक मिनट एक मिनट, इधर आ इधर, ये जब शुरू हुआ है तो आपने कहा था ये पंजाबी का है, तो ये तो उर्दू है सारी, ये तो सारी उर्दू है, धोखा दही से शायर कर रही, शायरी कर रहे हैं आप। नहीं, वो आपने पहले कहा थी, एक मेरा क्या नाम बताया था, लड्डू खट्टे, नहीं नहीं, जो आपने नज़्म का उन्वान बताया, पक्का चलता हवा दे, पक्का चलता हवा देना, ये तो पंजाबी है, आगे आपने उर्दू शुरू कर दी है, आपने बेवकूफ समझा हुआ है हमें, मुनाफिक शायर है आप, कहते कुछ है सुनाते कुछ है कहते कुछ है, शायर बुला के अगले बदर पिस्त कर, चले आप अगर पंजाबी का है तो पंजाबी सुनाए, नहीं तो फिर उर्दू कहे। ये एक शेर मैं सुनाऊंगा क्योंकि ये शेर जरूरी है जी। वो जो दिल को कबूल होते हैं उनके पत्थर भी फूल होते हैं, हाँ ये अच्छा है, जो भी देते नहीं हदाद फरीद ऐसे बंदे फजूल होते हैं। वाह वाह, शाम दा सूरज घुंगरू किंगरी, वड्डा पखा छोटी लाची, वड्डा पखा छोटी लाची, याद तरी दा वैपर विंगा, हिजर करोड़ी कत्तर कासी। ये थे फरीद साहब री साहब, यार माजरत नहीं यार, एक मिनट पीछे से छोरा कराम यार, ओना ना यार मेरा भले कलाम पूरा मैं नहीं माड़ा, जब तुसी इशारा करना मैं थ्रू लड़ा पीछे नु सारा इशारा कर दिया, आखिरी शेर है फिर इसका, चलो जी। हिजर करोड़ी कत्तर कासी, गोटा भारा छाबी थल्ले, हीटर पाटा सुजिया कूलर, हीटर पाटा सुजिया कूलर, याद तेरी दियां मिठियां देगा, हुसन मसाला गरम समोसे, टिड्डी चौरस पींगा उचिया, मीसनी माई डिंगा वच्चा, मीसनी माई डिंगा वच्चा, सारा कुछ मैं कदम कदमा दे विच रख के बिल्कुल मारनी आ, हुण आ जा टीसीएस थाणी, मैं गुत्थम गुत्था हो गई आ, टीसीएस मैं गुत्थम गुत्था हो गई आ, ते होक बलोची ਜਿਨੋ ਜੈਨਵਨ ਚਾਰਜਰ, ਭੋਗ ਬਲੋਚੀ ਜੈਨਵਨ ਚਾਰਜਰ, ਨੈਨ ਨਮਾਣੇ ਜ਼ਿੰਗਰ ਬਰਗਰ, ਯਾਦ ਆਈ ਤਾਂ ਮਿੱਠਾ ਬਰੇ ਬਰੇ ਪੜੋ, ਇੰਨੇ ਹਾਰੇ ਜੂਏ ਵਿੱਚ ਮੈਂ ਫੁੱਲ ਪਰਾਠਾ ਆਤਿਸ਼ਬਾਜ਼ੀ, ਮੈਂ ਫੁੱਲ ਪਰਾਠਾ ਆਤਿਸ਼ਬਾਜ਼ੀ, ਸਿੰਗਲ ਕੋਕ ਸਿਰਫ ਉਦਾਸੀ, ਹਿੰਦੂ ਤਾਰੇ ਬਣ ਬਣ ਆਉਂਦੇ, ਯਾਦ ਕਰਾਂ ਮੈਂ ਪੇਂਟਾ ਨੂੰ, ਜੇ ਹੁਣ ਨਹੀਂ ਆਣਾ ਤੇ ਨਾ ਵੀ, ਅਸੈਂਬਲੀ ਟੁੱਟ ਗਈ ਵੇ ਸੱਜਣਾ, ਖਿੱਚ ਲਾ ਅਸੈਂਬਲੀ, ਖਿੱਚ ਲਾ ਖਿੱਚ ਲਾ, ਪਤਾ ਨਹੀਂ ਲੱਗਦਾ ਕਿ ਅਸੀਂ ਖਿੱਚ ਲਾ ਖਿੱਚ ਲਾ, ਇੱਕ ਮਿੰਟ ਕਸਮ ਹੈ, ਇੱਕ 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 ਸ਼ੇਰ ਰਹਿ ਗਿਆ, ਓਏ ਚੱਲ ਇੱਕ ਸ਼ੇਰ ਰਹਿ ਗਿਆ, ਚੱਲ ਇਹ ਪਸ਼ਤੋ ਦਾ ਸ਼ੇਰ, ਓਏ ਪਿੱਛੇ ਆ ਚੱਲ ਯਾਰ, ਇੱਕ ਸ਼ੇਰ ਉੱਤੇ ਬਹਿ ਕੇ ਸੁਣਦਾ ਮੈਂ ਤੇਰੇ ਕੋਲੋਂ ਪਸ਼ਤੋ, ਤੇ ਰਾਫਲ ਸਾਹਿਬ ਜਾਏ ਦੇ ਦਿਓ ਜੀ, ਪਿੱਛੇ ਚੱਲ, ਇਹਦੀ ਮੈਂ ਅਸੀਂ ਬੋਨਲੈਸ ਬਣਾਉਣੀ ਹੈ ਤੁਹਾਨੂੰ ਲੱਗਦਾ, ਆ ਜੀ ਆ ਜੀ, ਚਲੋ ਜੀ ਆਓ ਜੀ, ਆਪ ਜੀ ਮਿੱਠਾ ਚੰਗੜ ਵੀ ਸਾਹਿਬ ਆ ਜੀ, ਆ ਜਾ ਆ ਜਾ ਆ ਜਾ, ਵਾਹ ਜੀ ਵਾਹ ਮਿੱਠਾ ਸਾਹਿਬ ਆ ਜਾ ਜੀ, ਚੱਲ ਯਾਰ ਵਾਲਾਂ ਦਾ ਸਟਾਈਲ ਬੜਾ ਜੰਗਲ ਵੀ ਜੀ, ਓਏ ਵਾਹ, ਅਰੇ
टिकटॉक नी असी किसी दे बांदरां नू क्यों देखिए साडा बांदर घट यार नहीं देखो ये तड़मक्के सूसू आ रहे हैं इधर से काफी बुल्ले आ रहे हैं बड़े बड़े मुझे आप पहले बता देते कि आपको इलायची की खुशबू इलायची की खुशबू मुझे अच्छी लगती है लेकिन मुझे सदरे महफल के चिचड़ देखो कितने लगे यार वो मैं आप क्या क्या देखूं उसका सदरे महफल 21 मिनट हो गए मैं सारा रोक के बैठा हूं हमको भी आपने कितना कम से कम एक साबुन की गाची ले लें सदरे महफल में बसना वो मुझसे मोहब्बत का सिला मांग रही है क्या बात ये होता है कि ये जो मैं आपको बताऊं जो जेन्युइन शायर होते हैं ना उनके तकरीबन उनको वो अपने आजाद होते हैं चीजों से वो इसी तरह उनका उलिया होता है दरवेश लोग होते हैं वो ठीक है लेकिन आप उनको कॉपी करके आप बने हुए हैं लेकिन आपके शेर ने बताया कि क्या कहने क्या था क्या देखो मोहब्बत का सिला मांग रही है अच्छा दिन रात मेरे दिल में जांक रही है वाह मैंने सारी शिकायत लगा दी उसके अब्बे को अच्छा उधर कैमरा लगा है वो नादरीन वो है सामने मैंने सारी शिकायत लगा दी उसके अब्बे को अब सुबह शाम उसकी कांपे टांग रही है ये कांपे टांग आपने चोरी किया किसी शायर का तकदीर का खोटा है मुकद्दर से लड़ा है उल्ट बोली कहने टांगे कांप रही है ना बाद मेनू आए लगे कि शायद वैसे लिखिया गलत गया पर जो मैं सुनिया उन्होंने सच्ची कहा कि कांपे टांग रही है मतलब जेनुअन जेड़ा वर्ड तो ही बनूंगा टांगे कांप रही टंगा कांप रही है ना कहते कांपे टांग रही है मैं देखा नहीं हूँ अलग तो एक उन्होंने अपना ही क्रिएट किया है ना हाँ जी मैं देखे नहीं सॉन्ग है कोई नहीं तुसी नहीं देखा मैं ही देखा हाँ जी तक तदबीर का खोटा खोटा है मुकद्दर से लड़ा है लोग कहते हैं कि चालाक बड़ा है वाह खुद तो है 20 बरस का दुल्हन ले आया 70 बरस की गिरती हुई दीवार के साए में खड़ा है वारे वाह की हो गया वारे वाह क्या कहने क्या कहने वधिया वधिया निमा निमा हसवे मिठिया निमा निमा हसवे मिठिया जी हाँ मैनू एक गल दसवे मिठिया हाँ पूछ हाँ पूछ निमा निमा पूछवे मिठिया मैनू एक गल हसवे मिठिया निमा निमा हसवे मिठिया नाले एक गल दसवे मिठिया हाँ एक गल दसवे मिठिया अखियां कोल वसवे मिठिया हाय इदा इदा नहीं इदा नहीं है ना ਮਤਲਬ ਏਦਾਂ ਦਾ ਅੱਖੀਆਂ ਦੇ ਕੋਲ ਨਹੀਂ ਏਦਾਂ ਦਾ ਬਾਹਰ ਕਿਤੇ ਮੱਖੀਆਂ ਦੇ ਕੋਲ ਅੱਲਾ ਮਾਫੀ ਦੇਵੇ ਵੇਖ ਇਹ ਤਾਂ ਵਧੀਆ ਬੋਲਦੇ ਪਏ ਹਾਂ ਵੇ ਕੀ ਕੌਣ ਕੌਣ ਆ ਗਿਆ ਤੇਰੇ ਨਾਲ ਅੱਲਾ ਮਾਫੀ ਕਿਹੜੀ ਕਿਹੜੀ ਮਖਲੂਕ ਉੱਡਣ ਲੱਗ ਪਈ ਕਮਰੇ ਚ ਖੁਦਾ ਦੀ ਹੁਣ ਭਟਕਣ ਕਦੀ ਜ਼ਿੰਦਗੀ ਚ ਨਹੀਂ ਵੇਖੇ ਤੇਰੇ ਤੇਰੇ ਨਾਲ ਆਏ ਨੇ ਡਿੱਗ ਪਈ ਹੋਈ ਹੈ ਉਹ ਯਾਰ ਤੂੰ ਆ ਵੇਖ ਤੇ ਸੀ ਉਹ ਹੈਲੀਕਾਪਟਰ ਟੈਪ ਨਹੀਂ ਲੱਗੇ ਕਿ ਉਹ ਉੱਡਣ ਦੇ ਪਤਾ ਨਹੀਂ ਕਿਹੜੀ ਕਿਹੜੀ ਮਖਲੂਕ ਕਸਮੇ ਆ ਗਈ ਸਦਰੇ ਮਹਿਫਲ ਅੱਗੇ ਦਾਤ ਦੇਣ ਡੇ ਸੀ ਮੇਰੇ ਲੱਗੇ ਤੂੜੀ ਨਿਕਲਣ ਡਈ ਇਹਦੇ ਸਿਰ ਸਦਰੇ ਮਹਿਫਲ ਜੇ ਕੋਈ ਬੰਦਾ 26-27 ਦੇ ਨਾਰਾ ਨਾ ਵੇ ਉਹਨੂੰ ਇਹਨਾਂ ਜਲੀਲ ਨਹੀਂ ਕਰੀਦਾ ਹੁੰਦਾ ਤੇਰੀ ਇੱਜ਼ਤ ਸਿਰ ਮਸਤੇ ਤੇ ਲੇਕਿਨ ਦੇ ਤੂੰ ਘੱਟ ਦੱਸੇ ਇਹ 26-27 ਜਿਹੜੇ ਨਾ ਚਲੋ ਖੈਰ ਉਹਦੇ ਸਿਰ ਚ ਪਤਾ ਨਹੀਂ ਕਿਸਨੇ ਜੁੱਤੀ ਝਾੜੀ ਆ ਇੰਨੀ ਟੂਸਟ ਮੱਕਾ ਨਹੀਂ ਨਹੀਂ ਕਿਸੇ ਵੀ ਦੁਨੀਆ ਦੇ ਬੰਦੇ ਦੀ ਜੁੱਤੀ ਨੂੰ ਇੰਨਾ ਗੰਦ ਨਹੀਂ ਲੱਗਾ ਨਹੀਂ ਯਾਰ ਬੈਠੇ ਆ ਤੋ ਆਪ ਕਿਉਂ ਇਹ ਮਹਾਮੇ ਮੌਕਾ ਦੇ ਆਪ ਨਹਾ ਕੇ ਆ ਜਾਂਦੇ ਯਾਰ ਨਹਾ ਕੇ ਕਿ ਨਹੀਂ ਅਜੇ ਮੁਸ਼ਾਰੇ ਕੇ ਬਾਅਦ ਮੈਂ ਆਪਕੋ ਖੁਦ ਨਹਿਲਾਣਾ ਅੰਦਰ ਜਾ 26-27 ਦਿਨ ਬਹੁਤ ਹੁੰਦੇ ਆ 26-27 ਦਿਨ ਵਾਲਾ ਤਾਂ ਇਹ ਹੁੰਦਾ ਨਾ ਇਹ ਦੇਖੋ 26-27 ਦਿਨ ਹੋਣਾ ਸਦਰੇ ਬੈਫਲ ਹਜੇ ਵੀ ਝਾਗ ਗੁੰਜਦੀ ਉਂਝ ਹੋਣੀ ਹੈ ਜਿਹੜੀ ਮੈਂ ਜੜ ਗਿਆ ਬਾਸ਼ੋ ਹਾਂ ਮੈਂ ਨਹਾ ਗਿਆ ਅੱਛਾ ਸਦਰੇ ਮਹਿਫਲ ਇੱਕ ਜਾਮ ਔਰ ਇੱਕ ਮੈਖਾਨਾ ਚਾਹਤਾ ਹੂੰ ਅੱਛਾ ਇੱਕ ਜਾਮ ਔਰ ਇੱਕ ਮੈਖਾਨਾ ਚਾਹਤਾ ਹੂੰ ਜੀ ਇਧਰ ਆਓ ਤੁਸੀਂ ਕੋਈ ਪੰਕੂ ਜਦਾਸ ਦੇ ਵਲੀਮੇ ਤੇ ਨਹੀਂ ਆਏ ਲੱਗਦਾ ਵਿਆਹ ਸੀ ਕਾ ਮੈਨੂੰ ਆਵਾਜ਼ ਆਈ ਪਿੱਛੇ ਮੇਰੇ ਮੁੰਡਾ ਲਾ ਕੇ ਜਿਹੜਾ ਥੱਪੜ ਮਾਰ ਤੇ ਆਸਾ ਹੋ ਤਾਂ ਹੁੰਦਾ ਉਹ ਜਿਹੜਾ ਉਹ ਸਿਰਫ ਫੈਜ਼ਲ ਭਾਈ ਬੜੇ ਸਦਰੇ ਮਹਿਫਲ ਇੱਕ ਇੱਕ ਕੀ ਸੀ
ਪਤਾ ਨਹੀਂ ਫਿਰ ਥੱਪੜ ਦੇ ਆਸਾ ਹੈ ਆ ਮਤਲਬ ਇੱਕ ਮੈਂ ਖਾਣਾ ਤੇ ਇੱਕ ਕੀ ਚਾਹੀਦਾ ਕੀ ਸੀਗਾ ਮਤਲਬ ਇੱਕ ਪੈਗ ਪਾਲਦੇ ਆ ਹਣਾ ਮਤਲਬ ਇੱਕ ਉਹ ਚਾਹੀਦਾ ਕੋਹ ਚਾਹੀਦਾ ਮਤਲਬ ਬੜਾ ਉਹ ਜਿਵੇਂ ਇੱਕ ਬੜਾ ਬੰਦਾ ਬੜਾ ਵੱਡਾ ਮਹਾਨ ਪੁਰਸ਼ ਆਇਆ ਕੋਈ ਅੱਪੇ ਕੋਲੋਂ ਛਿੱਤਰ ਖਾ ਕੇ ਹਾਂ ਆਈ ਤੇ ਹੋਣੀ ਚਸਵੇਂ ਮਿੱਠੇ ਆ ਹਾਂ ਇੱਕ ਗੱਲ ਮੈਨੂੰ ਦੱਸਵੇਂ ਮਿੱਠੇ ਆਰੇ ਵਾਹ ਕਿਆ ਕਹਨੇ ਕਿਆ ਕਹਨੇ ਨਿਮਾ ਨਿਮਾ ਹਸਵੇਂ ਮਿੱਠੇ ਅੱਗੇ ਕਹਦਾ ਜੀ ਪੂਰਾ ਮੁਹੱਲਾ ਸਿਫਤਾਂ ਕਰਦਾ ਵਾਹ ਉਹ ਆਪਣੀਆਂ ਕਹਿ ਰਹੀ ਹੈ ਪੂਰਾ ਮੁਹੱਲਾ ਸਿਫਤਾਂ ਕਰਦਾ ਇੱਕ ਇੱਕ ਮੁੰਡਾ ਮੇਤੇ ਮਰਦਾ ਇਹ ਉਹ ਕਹਿ ਰਹੀ ਹੈ ਹਾਂਜੀ ਉਹ ਮੈਨੂੰ ਨਾ ਡੀਗ੍ਰੇਡ ਕਰ ਰਹੀ ਹੈ ਅੱਛਾ ਤੈਨੂੰ ਡੀਗ੍ਰੇਡ ਕਰ ਰਹੀ ਹੈ ਅੱਛਾ ਪੂਰਾ ਮੁਹੱਲਾ ਸਿਫਤਾਂ ਕਰਦਾ ਇੱਕ ਇੱਕ ਮੁੰਡਾ ਮੇਤੇ ਮਰਦਾ ਹੈ ਤੇਰੀ ਜ਼ੁਬਾਨ ਚ ਇਹ ਰਸਵੇ ਮਿੱਠਿਆ ਮੈਨੂੰ ਇੱਕ ਗੱਲ ਦੱਸਵੇ ਮਿੱਠਿਆ ਗਲਤ ਦੱਸਵੇ ਮਿੱਠਿਆ ਅਰੇ ਕੀ ਕਹਨੇ ਲੈ ਕੀ ਖਲਾਸ ਡਾਲਾ ਖਲਾਸ ਆਹ ਦੋਸਤੀ ਤੇ ਖਲਾਸ ਵੇ ਮਿੱਠਿਆ ਵਾਹ ਖਲਾਸ ਵੇ ਮਿੱਠਿਆ ਖਲਾਸ ਵੇ ਮਿੱਠਿਆ ਮੈਨੂੰ ਇਹ ਗੱਲ ਦੱਸਵੇ ਮਿੱਠਿਆ ਕੀ ਕਹਨੇ ਮੇਰੀ ਮੋਗੇ ਜੀ ਹਾਂ ਜੀ ਮੈਂ ਤੁਹਾਨੂੰ ਹੁਣ ਇੱਕ ਸ਼ੇਰ ਸੁਣਾਉਣਾ ਮੇਰੀ ਕਿਤਾਬ ਥੋੜਾ 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 ਵੇ ਯਾਰ ਮੁਝਸੇ ਮੁਹੱਬਤ ਕਿਉਂ ਨਹੀਂ ਕਰਤਾ ਰੇ अच्छा रे आ रे वो सबको छोड़ के मुझ पे क्यों नहीं मरता रे आ झूठ नहीं बोलूंगा सच कह रहा हूँ मैं रे नारक नहीं लगता रे नारक नहीं लगता रे उसकी गली में आने जाने से मैं नहीं थकता रे उसकी गली में आने जाने से मैं नहीं थकता रे उसका बाप मुझको देख के गालियां बकता रे आ बाबर उसकी सारी गालियां सुन के यही कहता रे क्या नहीं लगता रे दिल है मेरी अगली किताब है जी इन पीछे रख लो केड़ी जी शुआरा छोड़ दिया और खुदकुशी कर ली उस पे मैंने और आप कौन ये लड़के की तरफ से सुनाएंगे आप ਤੂੰ ਕਿਹਦੇ ਵੱਲੋਂ ਆ ਕੁੜੀ ਵਾਲੇ ਵੱਲੋਂ ਆ ਜਿਹੜੇ ਮਰ ਗਈ ਹੈ ਤੂੰ ਮੁੰਡੇ ਵਾਲੇ ਵੱਲੋਂ ਆ ਸਰ ਦੇ ਮਹਿਫਲ ਮੈਂ ਉੱਥੇ ਖਲੋਤਾ ਸੀ ਮੈਂ ਦੇਖਿਆ ਨਹੀਂ ਤੂੰ ਸ਼ਾਇਰ ਕੁੜੀ ਵਾਲੇ ਵੱਲੋਂ ਆ ਜਾਂ ਮੁੰਡੇ ਵਾਲੇ ਵੱਲੋਂ ਆ ਓ ਯਾਰ ਭਾਈ ਨੂੰ ਸਮਝਾਓ ਓ ਯਾਰ ਇੱਧਰ ਮੇਰੇ ਨਾਲ ਗੱਲ ਕਰ ਉਹਨੂੰ ਕੀ ਕਹਿ ਰਿਹਾ ਕੌਣ ਆ ਉਹ ਤੇ ਕੁੜੀ ਕਿਸੇ ਦੀ ਮੁੰਡਾ ਕਿਸੇ ਦਾ ਤੂੰ ਸਾਲਾ ਲੱਗਦਾ ਵਿੱਚ ਸ਼ਾਇਰੀ ਕਰਨ ਵਾਲਾ ਯਾਰ ਇਦਾਂ ਹੀ ਸਾਰੇ ਸ਼ਾਇਰੀ ਕਰਦੇ ਆ ਯਾਰ ਇਦਾਂ ਕਿਦੋਂ ਕਰਦੇ ਆ ਵੀ ਕੁੜੀ ਮਰ ਗਈ ਉਹਨੇ ਖੁਦਕੁਸ਼ੀ ਕਰ ਲਈ ਆ ਤੂੰ ਸ਼ਾਇਰੀ ਲੈ ਕੇ ਆ ਗਿਆ ਯਾਰ ਹੋਰ ਦਾ ਕੀ ਲੈ ਕੇ ਆਉਂਦਾ ਆ ਤੇ ਲੋਕਾਂ ਦੇ ਉਹਨਾਂ ਦੇ ਘਰ ਮਈਆ ਤੇ ਪਈ ਆ ਤੂੰ ਸ਼ਾਇਰੀ ਆ ਉਹਨੇ ਕੁੜੀ ਮਰ ਗਈ ਆ ਤੈਨੂੰ ਚਾਹ ਚੜੇ ਸ਼ਾਇਰੀ ਕਰਨ ਦੇ ਮੈਂ ਕਸਮ ਲੈ ਲਓ ਮੈਂ ਇਦਾਂ ਹੀ ਸੁਣਿਆ ਸੀ ਤੂੰ ਇਦਾਂ ਹੀ ਕਹਿਣ ਰਿਹਾ ਸ਼ਾਇਰੀ ਚੱਲ ਚੱਲ ਸੁਣਾ ਜਿੱਥੇ ਪਿਆਰ ਕਹਾਣੀ ਪੈ ਜੇ ਆ ਹਾ ਹਾ ਉੱਥੇ ਕਸਮ ਵੀ ਖਾਣੀ ਪੈ ਜੇ ਹਾਰੇ ਕਿਆ ਕਹਨੇ ਜਿੱਥੇ ਪਿਆਰ ਕਹਾਣੀ ਪੈ ਜੇ ਉੱਥੇ ਕਸਮ ਵੀ ਖਾਣੀ ਪੈ ਜੇ ਸਾਨੂੰ ਮਿਸ ਕਾਲਾ ਮਾਰਨ ਵਾਲਿਆ ਹਾਂ ਤੇਰੇ ਮੋਬਾਈਲ ਚ ਪਾਣੀ ਪੈ ਜੇ ਉਹ ਹੈਲੋ ਚੱਲਾਂ ਤੇ ਇੱਥੇ ਬਹਿ ਮੈਂ ਮਾਰੂ ਮੂੰਹ ਤੇ ਉਹਦਾ ਦੱਸ ਕੇ ਜਾ ਜਿਹੜੀ ਕੁੜੀ ਨੇ ਖੁਦਕੁਸ਼ੀ ਕਰ ਲਈ ਉਹ ਕਿੱਥੇ ਆ ਹੁਣ ਮੈਂ ਹੁਣ ਉੱਥੇ ਸ਼ੇਰ ਲਿਖਦਾ ਫਿਰ ਨਹੀਂ ਮਰ ਗਈ ਤੇ ਤੂੰ ਦੱਸਿਆ ਕਿ ਤੂੰ ਜ਼ਿਕਰ ਕਿਉਂ ਕੀਤਾ ਅੱਛਾ ਹੈ ਇੱਕ ਮਰਹੂਮ ਦਾ ਮੈਂ ਜ਼ਿਕਰ ਕਰਤਾ ਮੈਂ ਚੋਰ ਹੋ ਗਿਆ ਹੁਣ ਸ਼ੇਰ ਮੇਰੇ ਕੋ ਡਿਲੀਟ ਹੋ ਗਿਆ ਅੱਛਾ ਜਿਹੜਾ ਤੂੰ ਉਹ ਦੱਸਿਆ ਸੀ ਉਹ ਡਿਲੀਟ ਹੋ ਗਿਆ ਇਹ ਤੇ ਤੂੰ ਦੱਸਿਆ ਨਹੀਂ ਤੇ ਸੁਣਾਤਾ ਤਾਂ ਡਿਲੀਟ ਇਹ ਹੋਣਾ ਚਾਹੀਦਾ ਸੀ ਯਾਰ ਮੈਂ ਯਕੀਨ ਮੰਨੋ ਮੈਂ ਇੱਦਾਂ ਹੀ ਸੁਣਿਆ ਸੀ ਓਏ ਉਹ ਜਿਹੜੀ ਕੁੜੀ ਤੂੰ ਖੁਦਕੁਸ਼ੀ ਦੇ ਨਾਲ ਕੀਤੀ ਉਹਦਾ ਤਾਂ ਸੁਣਾ ਕੁਛ ਲੇਡੀਜ਼ ਦਾ ਪਰਦੇ ਦਾ ਖਿਆਲ ਕਰ ਲਓ ਪੂਰਾ ਉਤਰਨਾ ਚੁੱਕ ਮੋਬਾਈਲ ਆਪਣਾ ਚੱਲ ਨਿਕਲ ਪੁਰਾਣੇ ਮੈਂ ਮਾਰਨਾ ਇਧਰ ਚੱਲ ਪਿੱਛੇ ਜਾ ਇਧਰ ਹੋ ਜਾ ਟੈਨਸ਼ਨ ਨੀ ਲੈਣੀ ਤੁਸੀਂ ਬਹੁਤ ਉਮਦਾ ਸ਼ਾਇਰ ਫੈਸਰ ਰਾਮੇ ਕਿਸੀ ਤਾਰਫ ਕੇ ਮੁਹਤਾਜ ਹੈ ਚਲੋ ਚਲੋ ਸਦਰੇ ਮਹਿਫਲ ਭਰਜਾਈ ਦੀ ਚੁੰਨੀ ਪਾ ਆਇਆ ਵੇ ਅੱਛਾ ਰਿਐਕਟ ਤੇ ਇਦਾਂ ਭਰਜਾਈ ਦੀ ਚੁੰਨੀ ਪਾ ਕੇ ਪੌਣਾ ਘੰਟਾ ਉਹੀ ਤੇਰੇ ਅੱਗੇ ਬੈਠਾ ਰਿਹਾ ਸਰ ਨਹੀਂ ਸਰ ਮੈਂ ਉਹਨੂੰ ਵੇਖ ਕੇ ਇੰਜ ਕੀਤਾ ਜਿਵੇਂ ਪਤਾ ਨਹੀਂ ਹੁਣੇ ਆਇਆ ਹੋਵੇ ਫੇਸ ਮੈਨੇ ਅਭੀ ਦੇਖ ਚਲੋ ਮੈਂ ਉਧਰੋਂ ਵੇਖਿਆ ਸੀ ਚਲੋ ਸਰ ਪਿਛਲਾ ਮੁਸ਼ਾਇਰਾ ਮੈਂ ਕਰ ਰਿਹਾ ਥਾ ਲੇਕਿਨ ਉਸ ਵਿੱਚ ਮੇਰਾ ਇੱਕ ਸ਼ੇਰ ਰਹਿ ਗਿਆ ਥਾ ਯਾਰ ਉਹ ਰਹਿ ਗਿਆ ਤਾਂ ਛੋੜ ਦੇ ਆਪ ਨਹੀਂ ਆਪ ਕਰੇ ਨਹੀਂ ਬਾਤ ਕਰੇ ਯਾਰ ਨਹੀਂ ਆਈ ਸਰ ਪੂਰਾ ਚਲੇ ਉਸਨੇ ਮਾਰੀ ਹੈ ਮੇਰੇ ਸਿਰ ਵਿੱਚ ਇੱਚ
उसने मारी है मेरे सिर। मेरा ख्याल आपने ये लिखा है कि उसने मारी है मेरे सिर विच इट। हाँ। मेरा ख्याल आपने ये लिखा है। हाँ। उसने मारी है मेरे सिर विच इट। सिर विच इट नहीं, सिर विच इट। चले आप उसने मारी है कहे, आगे मैं कह देता हूँ। चले मैं फिर एक बार ही मार के देख। खैर जो आप सिर्फ आधा कहें, आगे मैं कहता हूँ। जी 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 सॉरी जी। उसने मारी है मेरे सिर विच इट। उसने मारी है कहना आपने, आगे मैं कहूंगा। दोबारा चलो। उसने मारी है मेरे सिर विच इट। ओ शिट हम खेलने गए क्रिकेट, उन्होंने कहा पहन के आओ पहले किट। और शुरू होने से पहले खत्म हो गया मेरा शो। सारी दुनिया मेरी दुश्मन, दुश्मन मैं तेरी, तू नागन मैं सपेरा। सपेरी। सारी दुनिया मेरी दुश्मन, मगर तुम हो मेरे दोस्त। जरूरी नहीं कि सिर्फ आपका कुत्ता ही वफादार निकले। जरूरी नहीं कि आपका कुत्ता ही वफादार निकले, कभी कभी आपका वफादार भी कुत्ता निकलता। सही है। कभी कभी आपका वफादार भी। अच्छा जरा वो करिएगा रिपीट। रिपीट को क्या कहते शोरे क्राम मुकर्रर क्राम रिप्लाई मुकर्रर क्राम करना। जरूरी नहीं कि आपका कुत्ता ही वफादार निकले। समझने वाली बात है। जरूरी नहीं कि आपका कुत्ता ही वफादार निकले, कभी कभी आपका वफादार भी कुत्ता निकल आता। अरे क्या कहने, कभी आपका वफादार भी कुत्ता निकल आता है। फैसल मेरी बात सुनना, शेयर करया कर। जेड़ा चला गया छड़ के उनु ना ओदा नतीजा रखे। वो चला गया बस, वो बहुत ठीक है, अल्लाह का शुक्र है, ओदा काम भी ठीक है माशाल्लाह। बहुत अभी तो सर स्टार्ट है ना, अभी तो मेरे बहुत से सफे पड़े हुए हैं। ये कि नहीं समझ पे। और मुझसे क्यों रूठ गया है तू? ओ शिट। और मुझसे क्यों रूट गया है तू? निकम निकम डोयाडू, निकम निकम डोयाडू। पर्दा तो होता है होश वालों से। अच्छा पर्दा नहीं होता, पर्दा होता है। अड़े नहीं डालते। पर्दा तो होता है होश वालों से, पर्दा तो होता है होश वालों से। बेनकाब चले आओ मैं नशे में हूँ। डिकम डिकम डोयाडू, डिकम डिकम डोयाडू। ठीक है ठीक है, इतना ही चौके रख दो। और उसकी नाराजगी का तरीका है बहुत आला, उसकी नाराजगी का तरीका है बहुत आला। पप्पू कैन डांस वाला, पप्पू कैन डांस वाला। बहुत जानवर है दुनिया में। आए हाय हाय वो कहना भी मैं देख रहा पिछलियाँ कुछ वीडियोज़ के फैसल रामे भाई है ना, जो बहुत ज़्यादा जोश में ने तो इन्ह की जेडे मतलब कि जो लिखते हैं बहुत सिरा लिखते हैं। हाँ जी क्या कह रहे, क्या कह रहे। बहुत जानवर है दुनिया में, मगर पसंद है मकड़ी का जाला। पप्पू कैन डांसाला, पप्पू कैन डांसाला। थे हम भी कितने नदां के तूफान में गिर गए, बुलेखे से हमने एक लहर को संभाला। पप्पू कैन डांसाला, संभाला उलाला उलाला उलाला। इसे इसे बदल लिया उसी बच्चा भी लात रही है अंडे। अच्छा मौके हो वो ऐसा मामले में कितने बरखे आ भाई अभी है सर्दी महफिल। हां जी हां जी। और जूस ते कह दियो जरा जूस। यार भाई पीने वाला क्या है, पीने वाला जूस। सदर महफिल एक बहुत खूबसूरत मैंने आप कलाम लिखा है। ये फैसला हम करेंगे कि खूबसूरत है कि नहीं। फिर उसके बाद गिर गया सोने का भाव भी। ओहो हो, फिर उसके बाद गिर गया सोने का भाव भी, सोने का भाव भी। एक शाम उसने कान से झुमका उतारा था। क्या लिखा, बहुत सोना। अगे जड़ी इन्होंने खप होनी है ठीक है, पर अगे बहुत दिया
ठीक है जल तो रह रहा। फिर उसके बाद गिर गया सोने का भाव भी। एक शाम उसने कान से झुमका उतारा था, खबरदार मेरी इज्जत को इतना ना उछालो, लुडी है जमालो पाओ लुडी है। मेरे शायर ते लानत, इतने से मजाक कर रहे हैं हम लोग यहाँ पे, हमारी ऑडियंस क्या बेवकूफ है, ये कुछ शेर है लुडी है जमालो, कितने झुमका कितने शाम कितने लुडी है जमालो। आहो सही कह, जोर दी मारे अभी और टूट गया ऊपर वाला। लुडी है जमालो, अपने शेर संभालो, लुडी है जमालो। बेचैनी बेजारी तन्हाई उदासी, 81 82 84 और गिनती से बचपन याद आ गया, गिनती से बचपन याद आ गया, कोई तो दे दलासा कोई तो संभालो, हाँ लुडी है जमालो पाओ लुडी है जमालो। इन्हें पिछो कलावा पालो। ओए मेरा ये है वा कितने है वा, ओए कितना ही है वा, असि इथे इथे वेले नहीं बैठे तेरे पा दे, ये 20 छोरे ग्राम पिछे चला हम तुम्हारे हैं, तुम्हारे ही रहे सब तो ज्यादा बढ़िया है, इधर च नहीं आंदा लुडी, इधर च नहीं आंदा कर, हाथ पा के रखो, हाथ पा के रखो, हाथ पा के रखो, जितना ही मौके चुक लेना, जितना ही मौके चुक लेना, चल हम तुम्हारे हैं और तुम्हारे ही रहेंगे, ठीक है बेशक हमसे कसम चुका लो, लुडी है जमालो पाओ लुडी है जमालो। मैं क्या नहीं मैं सही है तो करो परे कर सरदे में बोल दी। लो जी नादरीन भाई मजा आ गया भी आज दी वीडियो देख के, ओए होए होए 25 मिनट हो गए भाई, पता नहीं लगा कदों इतनी वीडियो लंबी होगी। थैंक यू सो मच जेड़े सानू हजे तक झेल रहे हैं, मतलब देख रहे हैं सानू तुसी, ते मजा आया आज दी वीडियो देख के। फैसल भाई ने आज बहुत कमाल कीती है, सिरा लाया पे जेड़ा मीठा पूरी है उन्होंने भी मतलब बहुत साया, जेड़े दूसरे मतलब जेड़े हैगे ने ਉਹ ਜਿਹੜੇ ਐਵੇਂ ਫਾਲਤੂ ਫੁਲਤੂ ਜੀ ਪਤਾ ਨਹੀਂ ਕਿੱਥੋਂ ਕਿੱਥੋਂ ਗੱਲਾਂ ਕੱਢ ਕੱਢ ਕੇ ਉਹਨਾਂ ਨੇ ਵੀ ਸਾਇਆ। ਹਾਂਜੀ ਤੇ ਇਹਨਾਂ ਨੇ ਐਂਡ ਤੇ ਲਾਸਟ ਸਿਰੇ ਤਾਂ ਹੀ ਐਂਡ ਤੇ ਰੱਖਦੇ ਆ ਸਾਰੇ ਵੀਡੀਓ ਵੇਖਣ। ਮਸ਼ਾਇਰੇ ਦੇ ਵਿੱਚ ਇੱਕ ਚੀਜ਼ ਬੜੀ ਕਾਬਲੇ ਤਾਰੀਫ ਹੈ ਕਿ ਇਹ ਆਪਣਾ ਆਪਣਾ ਜਿਹੜਾ ਲਹਿਜ਼ਾ ਆਪਣਾ ਆਪਣਾ ਸਟਾਈਲ ਨੂੰ ਉੱਦਾਂ ਹੀ ਕੈਰੀ ਆਨ ਕਰਕੇ ਰੱਖਦੇ ਆ, ਜਿਵੇਂ ਜਿਹੜਾ ਮਿੱਠਾ ਪੁਰੀਆ ਬਾਈ ਆ ਉਹਦੀ ਇੱਕ ਅਲੱਗ ਤਰ੍ਹਾਂ ਦੀ ਮਤਲਬ ਕਿ ਸ਼ਾਇਰੀ ਹੈ ਹਨਾ, ਤੇ ਜਦੋਂ ਫਿਰ ਫੈਸਲ ਭਾਜੀ ਮੁਸ਼ਾਇਰਾ ਕਰਦੇ ਆ ਉਹ ਤੁੱਕਬੰਦੀ ਬੜੀ ਵਧੀਆ ਕਰਦੇ ਆ ਗਾਣਿਆਂ ਨੂੰ ਚੱਕ ਕੇ ਪੁਰਾਣਿਆਂ ਨੂੰ ਬਾਲੀਵੁੱਡ ਦਿਆਂ ਨੂੰ ਜਾਂ ਹੋਰ, ਤੇ ਜਿਹੜਾ ਫਰੀਦ ਹੈ ਉਹਦੀ ਉਹਦਾ ਇਹਦਾ ਕਿ ਜਿਹੜਾ ਮਰਜ਼ੀ ਵਰਡ ਚੱਕ ਕੇ ਬਾਈ ਕਿੱਥੋਂ ਕਿੱਥੇ ਵਾੜ ਦਿੰਦਾ, ਮਤਲਬ ਕਿ ਹੈਡਸ ਆਫ ਹੈ ਯਾਰ ਤਿੰਨਾਂ ਨੂੰ, ਬਹੁਤ ਵਧੀਆ ਕੰਮ ਕੀਤਾ। ਪਰ ਅੱਜ ਦੀ ਪਰਫੋਰਮੈਂਸ ਫੈਸਲ ਭਾਜੀ ਲੈ ਕੇ ਲੁੱਟ ਕੇ, ਬਹੁਤ ਮਜ਼ਾ ਆਇਆ, ਸਾਨੂੰ ਨਹੀਂ ਪਤਾ ਲੱਗਾ ਵੀਡੀਓ ਕਦੋਂ ਖਤਮ ਹੋ ਗਈ ਜਿਹੜੀ ਹੈ ਹਨਾ। ਹਾਂਜੀ ਸਾਨੂੰ ਪਤਾ ਨਹੀਂ ਲੱਗਾ 24 ਮਿੰਟ 25 ਮਿੰਟ ਕਦੋਂ ਹੋ ਗਏ, ਬੜੇ ਬੜਾ ਜ਼ਿਆਦਾ ਮਜ਼ਾ ਆਇਆ, ਬਹੁਤ ਇੰਜੋਏ ਕੀਤਾ ਸੀ ਯਾ। ਸੋ ਘੈਂਟ ਸੀ ਵੀ, ਤੁਹਾਨੂੰ ਕਿੱਦਾਂ ਲੱਗੀ ਸਾਨੂੰ ਵੀਡੀਓ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਇਸ ਵੀਡੀਓ ਤਾਂ ਕੋਈ ਰਿਵਿਊ ਨਹੀਂ ਹੋ ਸਕਦਾ ਹਨਾ, ਹੁਣ ਜੇ ਰਿਵਿਊ ਕਰਨ ਬੈਠੀਏ, ਕਿਉਂਕਿ ਅਸੀਂ ਪੂਰਾ ਇੰਜੋਏ ਕੀਤਾ, ਦੇਖਣ 'ਚ ਲੱਗ ਰਿਹਾ ਕਿ ਇਹਨਾਂ ਦਾ ਸਕ੍ਰਿਪਟਡ ਸੀ, ਬਟ ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਜਦੋਂ ਇਹ ਪਰਫੋਰਮ ਕਰ ਰਹੇ ਆ ਨਾ ਉਦੋਂ ਆਪਾਂ ਨੂੰ ਸਹੀ ਪਤਾ ਲੱਗਦਾ, ਕਿਉਂਕਿ ਜੇਕਰ ਪ੍ਰੋਪਰ ਸਕ੍ਰਿਪਟਡ ਹੋਵੇ ਨਾ, ਫਿਰ ਉਹ ਇੱਕ ਡਰਾਮਾ ਹੈ ਜਿਹਦੇ 'ਚ ਲਿਮਿਟਡ ਹੀ ਹੈ, ਇਹਦੇ 'ਚ ਲਿਮੀਟੇਸ਼ਨਸ ਨਹੀਂ ਹੈ, ਉਹ ਆਪਣੇ ਅਕੋਰਡਿੰਗ ਜਦੋਂ ਮਰਜ਼ੀ ਕੁਝ ਨਾ ਕੁਝ ਐਡ ਆਨ ਕਰ ਦਿੰਦੇ ਆ, ਅਤੇ ਜਿਹਦੇ ਕਰਕੇ ਆਪਾਂ ਨੂੰ ਮਤਲਬ ਇੰਨਾ ਹਾਸਾ ਆਉਂਦਾ, ਠੀਕ ਹੈ। ਵੈਸੇ ਮੈਂ ਬਹੁਤ ਕੰਟਰੋਲ ਕਰਦਾ, ਨਹੀਂ ਤਾਂ ਮੈਂ ਪਾਗਲਾਂ ਤਰ੍ਹਾਂ ਹੱਸਦਾ, ਸਹੀ ਦੱਸਾਂ ਤਾਂ ਹੈ ਨਾ। ਸੋ ਮਿਲਦੇ ਹਾਂ ਫਿਰ ਤੁਹਾਨੂੰ ਹੁਣ ਕਿਸੇ ਅਸੀਂ ਹੋਰ ਵੀਡੀਓ 'ਚ, ਪਰ ਜਾਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਂਡ ਇੰਸਟਾਗ੍ਰਾਮ ਫੋਲੋ ਕਰ ਲਿਓ ਪੰਜਾਬ ਰੀਅਲ ਟੀਵੀ। ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ, ਤਦ ਤੱਕ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।